किसने हरा रंग सिर्फ इसके 50 रुपए ओवर एक्टिंग के काट। सो अंता दा वड्डा धोखा हो गया। सो नाउ वी हैव डिसाइडेड। सो ਆਪਾਂ ਜਾਣਾ ਹੈ ਮੰਦਾਰ, ਕੀ ਹੈ ਨਾਮ ਦਾ, ਮੰਦਾਕਨੀ ਹਟ। ਮੰਦਾਕਨੀ ਹਟ ਜਾ ਰਹੇ ਆ ਔਨ ਸਨੋ ਬਾਈਕਸ। ਇਹ ਹੈਗੀਆਂ 2-3 ਸਨੋ ਬਾਈਕਸ ਹੋਰ ਆਣੀਆਂ। ਸ਼ੁਰੂ ਕਰਕੇ ਕਿੱਥੇ ਜਾਣਾ ਆਪਾਂ? ਸੋ ਹੁਣ ਸਾਨੂੰ ਸ਼ਹਿਰੀ ਭਾਈ ਸਮਝਾਉਣਗੇ ਕਿ ਆਪਾਂ ਕਿੱਥੇ ਜਾ ਰਹੇ ਹਾਂ। ਵੱਡੇ ਵੱਡੇ ਪੇੜ ਹੈ ਪੰਜਾਬੀ। ਓ ਸੌਰੀ, ਅਜੇ ਸਾਹਮਣੇ ਵੱਡੇ ਵੱਡੇ ਪੇੜ ਆ ਆ ਵਾਲੇ। ਓ ਵਾਲੇ ਓਕੇ, ਉਹਦੇ ਪਿਛਲੇ ਪਾਸੇ ਮੰਦਾਕਨੀ ਹਟ ਆ। ਠੀਕ ਆ, ਤੇ ਉੱਥੇ ਬਾਰਡਰ ਹੈ ਜਿੱਥੇ ਬੱਜਰਗੀ ਬਾਈਜਾਨ ਦੀ ਸ਼ੂਟਿੰਗ ਹੋਈ ਸੀ। ਓਕੇ ਬੜੀ, पेट्रोल डालते हैं। करीबन 2.5 किलोमीटर देती है, सिर्फ सिर्फ 2.5 किलोमीटर। ओके, तो अभी यहाँ पर आ गया अमन शारीनी। ये आ गया अमन, बाकी रुक जा भाई। अरे यार स्टाइलिश भाई तू रह गया, कैसा है ये? कौन से ये भी सारी पॉलर है इसकी है यहाँ पर। यार बहुत दूर निकल गए यार, दूर निकल गए यार। वो चल गए शारीनी चल गए यार। चलो ठीक है, आ जाओ फिर। चलो फिर ਕਿਲੋਮੀਟਰ ਵੀ ਨਹੀਂ ਲੱਗ ਗਏ। ਸੋ ਮੰਦਾਰੀ ਹੱਟ ਪਤਾ ਨਹੀਂ ਕਿਹੜੀ ਆ, ਬਟ ਸ਼ਹਿਰੀ ਭਰਾ ਨਾਲ ਯਾਦ ਧੱਕਾ ਹੋ ਗਿਆ। ਸ਼ਹਿਰੀ ਤੁਰ ਕੇ ਆਉਂਦੇ ਆ ਤੂੰ? ਆਪਾਂ ਹੁਣ ਪਹੁੰਚ ਗਏ ਆ। ਤੁਸੀਂ ਕੀ ਆਪਾਂ ਉਹ ਵੱਡੇ ਵੱਡੇ ਬੂਟ ਨਹੀਂ ਪਾਉਣੇ, ਬਿਕੋਜ਼ ਉਹਨਾਂ ਬਰੋਜ਼ ਦੀ ਲੁੱਕ ਖਰਾਬ ਹੋ ਰਹੀ ਆ। ਸਟਿਲ ਵੀ ਹੈਵ ਰੀਚਡ ਹੇਅਰ ਐਂਡ ਇਟ ਵਾਸ ਕੁਆਇਟ ਫਨ, ਬਹੁਤ ਵਧੀਆ ਸੀਗਾ। ਬਸ ਉੱਥੇ ਤੁਹਾਨੂੰ ਦੋਨਾਂ ਹੱਥਾਂ ਨਾਲ ਗ੍ਰਿਪ ਫੜਨੀ ਪੈਂਦੀ ਸੀਗੀ ਜੇ ਤੁਸੀਂ ਇੱਕ ਫੋਨ ਰੱਖਦੇ ਸੀਗੇ। ਦੈਟ ਵਾਸ ਬਿਟ ਰਿਸਕੀ, ਬਟ ਸਟਿਲ ਵੀ ਮੇਡ ਇਟ, ਵੀ ਡਿਡਨਟ ਮੇਡ ਇਟ। ਆਪਾਂ ਕੁਛ ਨਹੀਂ ਕੀਤਾ, ਬਸ ਵਿੱਚ ਬਹਿ ਕੇ ਆਏ ਹਾਂ ਐਂਡ ਮਜ਼ਾ ਆ ਗਿਆ। ਬਟ ਸੋ ਇੱਥੇ ਵਿਊ ਬਹੁਤ ਸੋਹਣਾ ਹੈ, ਵਿਊ ਆਪਾਂ ਚਾਰੇ ਪਾਸੇ ਘਿਰੇ ਹੋਏ ਹਾਂ। ਸਾਹਮਣੇ ਸੂਰਜ ਆ, ਪਿੱਛੇ ਪਹਾੜ ਆ, ਇਸ਼ਕ ਆ। ਐਂਡ ਹਾਓ ਆਈ ਕੈਨ ਫੋਰਗੈਟ ਦਿਸ। ਚੜੀ ਪਈ ਹੈ ਇਸ ਟਾਈਮ ਉੱਪਰ ਕੀ ਦੇਖ ਚੱਲਾ ਹੈ ਦੱਸ ਰਿਹਾ ਜਿੱਥੇ ਬਜਰੰਗੀ ਭਾਈ ਜਾਂਦਾ ਬਾਰਡਰ ਹੈ ਨਾ ਵਹਾਂ ਤੱਕ ਲੈ ਕੇ ਜਾਣਗੇ। ਰੇਟ ਕਰਦੇ ਆ, ਅੱਜ ਰਿਕਾਰਡ ਕੀਤਾ ਸੀ ਅਮਨ ਨੇ ਕਿਹਾ। ਹਾਂ ਹਾਂ ਵੈਰੀ ਗੁੱਡ, ਤੂੰ ਬਣੇਗਾ ਬਲੌਗਰ। ਸੋ ਅੰਤਾ ਦਾ ਵੱਡਾ ਧੋਖਾ ਹੋ ਗਿਆ। ਸੋ ਨਾਓ ਵੀ ਹੈਵ ਡਿਸਾਈਡਡ ਕਿ ਰੱਬ ਨੇ ਸਾਨੂੰ ਲੱਤਾਂ ਦਿੱਤੀਆਂ ਜੋ ਕਿ ਥੋੜ੍ਹੀ ਦੇਰ ਲਈ ਆਪਾਂ ਭੁੱਲ ਗਏ ਸੀਗੇ। ਹੁਣ ਆਪਾਂ ਤੁਰ ਕੇ ਜਿੱਥੇ ਜਾ ਤੱਕ ਜਾਇਆ ਜਾਏਗਾ ਜਾਵਾਂਗੇ। ਪਤਾ ਨਹੀਂ ਸਨੋ ਬਾਈਕ 'ਤੇ ਵੀ ਇੰਨਾ ਸਾਹ ਕੋਈ ਚੜ ਗਿਆ। ਇੱਥੇ ਸਾਨੂੰ ਆਫਰ ਕਰ ਰਹੇ ਹਾਂ ਕਿ ਇੱਥੋਂ ਆਪਾਂ ਮੰਦਾਕਰੀ ਹੱਟ ਤੱਕ ਸਲੱਜ 'ਤੇ ਜਾ ਸਕਦੇ ਹਾਂ, ਬਟ ਵਾਏ ਬ੍ਰੋ ਸਾਡੇ ਕੋਲ ਲੱਤਾਂ ਹੈਗੀਆਂ ਨੇ, ਜਿੱਦ ਤੱਕ ਸਾਧਨ ਨਹੀਂ ਆ ਮੈਂ ਤਾਂ ਜਾ ਸਕਦਾ, ਬਿਕੋਜ਼ ਮੈਂ ਲੱਗ ਲਾਉਂਦਾ ਇਹ ਨਹੀਂ ਲਾਉਂਦੇ। ਸੋ ਸਲੱਜ ਵਾਲਾ ਸਿਸਟਮ ਆਹ ਆ। ਸੋ ਇੱਦਾਂ ਲੱਗਦਾ ਪਿਆ ਜਿੱਦਾਂ ਆਹੀ ਚੁਣਦੇ ਆਪਾਂ ਤਾਂ, ਕਿਉਂਕਿ ਸਾਨੂੰ ਘਸੀਟ ਕੇ ਲੈ ਕੇ ਜਾਂਦਾ ਪਿਆ। ਵੀ ਆਰ ਨੋਟ ਇੰਟਰਸਟਡ ਇਨ ਦੈਟ। ਸੋ ਬ੍ਰੋ ਆਪਾਂ ਹੁਣ ਤੁਰ ਕੇ ਜਾ ਰਹੇ ਹਾਂ, ਕਿੱਥੇ ਰੁਕ ਰਹੇ ਹਾਂ? ਵਿਲ ਡਿਸਾਈਡ ਇਟ ਦੈਨ ਆਈ ਵਿਲ ਟੈਲ ਯੂ। ਕੋਈ ਲੈਣਾ ਹੁਣ ਆਪਾਂ ਡਿਸਾਈਡ ਕਰ ਲਿਆ, ਆਪਾਂ ਟਰੈਕ ਕਰਕੇ ਜਾ ਰਹੇ ਹਾਂ। ਹਾਂਜੀ, ਸੋ ਆੜੇ ਵਧੀਆ ਰਸਤੇ ਦੇ ਤੋਂ ਆਪਾਂ ਟਰੈਕ ਕਰਕੇ ਚੱਲੇ ਹਾਂ। ਸੋ ਇਹਦੇ ਪਿਛਲੇ ਪਾਸੇ ਆਪਾਂ ਡਾਗਰੀ ਹਿੱਲ ਹੱਟ ਅਮਣ ਪਿੱਛੇ ਨੂੰ ਆ ਇੱਧਰ ਨੂੰ। ਚਲੋ ਫਿਰ ਸ਼ੁਰੂ ਕਰਦੇ ਹਾਂ।
पुत्र की जिम्मेवारी ना तेरी आ, इन्हू कुछ हो गया एक चीज चंगी ओए ध्यान ना। सो मैं सच्ची बहुत डर रहा बिकॉज सारे टूरिस्ट जेडे उत्थे रुक गए। वी आर ट्रैकिंग नाउ एंड बहुत ही ज़्यादा स्केरी एंड एडवेंचरस जी फील आ रही इतने एंड ये सब तो हाईएसट जोड़ा माउंटेन आ सोनमार्ग के यो है एंड आई एम अलोन हेयर, मेरे अगे पीछे कोई नहीं है, दोस्त सारे अगे निकल चुके हैं। रिकॉर्ड नाउ आई एम रिकॉर्डिंग बंद कर लगा हूँ क्योंकि थोड़ी सेफ जगह सी जी इतों पहला आया उ मैंने हाथ भी यूज़ करने पै रहे थे, मेरे हाथ भी मिट्टी ने लिबड़ गए। ट्रैकिंग का सब तो स्केरेस्ट पार्ट मैं सब तो एंड चाह कला है कोई नहीं आ रहा मैं एंड साढ़े अमन होनी अगे पहुँच गए ने एंड हम आप पहाड़ चढ़ना आ गया आ गया ही यार। एक गलत स्टैप सानू ने एक बर्फ के घर लभ्या हो माई गॉड, कोई तैयारी नहीं कोई कुछ नहीं, मूँह चाह के ट्रैक करना है, मज़ा बहुत आ रहा सच्ची, मोस्ट एडवेंचरस स्पॉट ਬੰਦਿਆਂ ਦੇ ਕਿ ਜਾਨਵਰ ਦੇ ਆ ਕਿਹੜਾ ਬਾਰਡਰ ਆ ਐਡੀਟਿੰਗ ਵੀ ਤਾਂ ਕੀਤੀ ਹੋਗੀ ਕੀ ਓਏ ਉਹ ਮੋਰਚੇ ਬਣੇ ਪਏ ਆ ਦਗੋੜੀ ਨਾ ਮਾਰਦੇ ਕੋਈ ਉਹ ਮੋਰਚੇ ਬਣੇ ਪਏ ਆ ਕਿਹੜਾ ਟੰਬੂ ਜਾ ਉਹ ਤੋਂ ਅੱਗੇ ਉਹ ਇਹਦਾ ਦੇਖ ਦਰਖਤਾਂ ਦੇ ਵਿੱਚ ਕਿਸੇ ਉਹ ਕਰਦੇ ਕਰਦੇ ਆ ਮੋਰਚੇ ਆ ਜਿਹੜਾ ਕਹਿੰਦੇ ਉਹਦੀ ਕਿਹੜੀ ਫਿਲਮ ਸੀ ਉਹ ਆਸ਼ਕ ਆਸ਼ਕ ਨਹੀਂ 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 ਇਸ਼ਕ ਇਸ਼ਕ ਇਧਰ ਮੁ ਕਰੀ ਇਧਰ ਮੁ ਕਰੀ ਕਰੀ ਮੈਂ ਇੱਥੇ ਮੁੜੂਗਾ ਪਾਈਪ कोई नहीं है इतने दूर दूर तक। ओह माय गॉड दिस इज ब्यूटी मैन, मैंने नहीं लगता पक्षी कितने भी मिलना है। ये सब तो ज़्यादा रिस्की ट्रैक है आई थिंक सो क्योंकि इतने बर्फ खुरी पई है पाइपलाइन के करके एंड दे झुंड का मुखी जोड़ा पिछे रहेगा मुखी सब तो पहले नंबर पर भजन वाला पिछले बजरंगी भाई जान की शूटिंग हुई थी जिते वो मुंडी नू वापस छड़न जाते हैं। सो आप उत्थे तक पहुँच गए क्योंकि स्नो बाइक्स स्लज बोर्ड्स इतने तक नहीं आते, इतने सिर्फ ट्रैकिंग तुम आ सकते हो एंड वी डिड इट ब्रो वी डिड इट। यारी मजा आया यार है ना बट वापस बार बार बाप... हा? बोलो यार हा? या, या। अपनी जीत हो। उनकी हार नहीं हारना हो भरा सारे आने सारे पहुंचे बर्फ नू बर्फ नू बर्फ बूटा की मत बच गई है पता नहीं त्रिंड भी यही बूट से जो तो गंदे होने यही बूट होंगे तो यही बूट में सब तो ज्यादा प्यारे आ बोलना जरूरी है कर ला इत हाँ यहाँ यहाँ पर कोई गया जाता है भाई ओ मुन्नी लभी मंदाकरी नहीं मुन्नी लभन गए ना बजरंगी भाई जान वाली वो अगे पाकिस्तान आ गया मुन्नी लभी अनु बट अनु आ नदी लभी जा रही है आवाज बहुत सुनी अगली बार जो तुम सोनमार्ग कर रहे हो तो बजरंगी भाईजान देख जरूर आयो क्योंकि ये दोनों जोड़े ना ये बजरंगी भाईजान की मुन्नी वाला बॉर्डर लभी जाते हो लबा बॉर्डर मैं क्या ग्लेशियर के ना वो बर्फ का आ ग्लेशियर दी है ग्लेशियर रोड़ी है तो बीच बर्फ आ रहा है मैंने कहा बर्फ का होता ग्लेशियर बर्फ ही निकली तो हुन लब्बा ही नहीं होगी करिए यार पाकिस्तान हुन बॉर्डर तो यार पहला पुलिस होएगी सॉरी फौज होएगी इधर पीछे होना मन यार पाकिस्तान थोड़ी थे सारा इंडिया ही है बड़ा बजरंगी भाईजान की मुन्नी लभी दी है अपनी डेस्टिनेशन पहुंच चुके हैं कितने हो गए किलोमीटर ब्रो बर्फ बर्फ उ 4 किलोमीटर जिस मेरे ख्याल 500-600 मीटर आए होने स्नो बाइक से किलोमीटर उत्ते आए
ਕਿਲੋਮੀਟਰ ਉੱਤੇ ਆਏ ਹਾਂ, 3 ਕਿਲੋਮੀਟਰ ਆਪਾਂ ਟਰੈਕ ਕੀਤਾ। ਸੋ ਪਹਿਲਾਂ ਤੁਹਾਨੂੰ ਮੈਂ ਸਾਰਿਆਂ ਨੂੰ ਇੰਟਰੋਡਿਊਸ ਕਰਦਾ ਆਪਣੇ ਦੋਸਤਾਂ ਨਾਲ। ਸੋ ਇਹ ਹੈਗੇ ਨੇ ਸਾਡੇ ਸਾਬੀ ਵੀਰ ਪਿੱਕੇ ਵਾਲੇ, ਇਹ ਹੈਗੇ ਨੇ ਸ਼੍ਰੀ ਗੋਬਿੰਦਪੁਰ ਤੋਂ, ਆਪਾਂ ਇਕੱਠੇ ਪੀਜੀ ਰਹੇ ਹਾਂ। ਸਾਡੇ ਅਮਨ ਠਾਕੁਰ ਸਾਹਿਬ ਫਰੋਮ ਕੈਨੇਡਾ ਦੀਲਾਨਗਰ, ਜਿਹਨਾਂ ਦਾ ਰੀਸੈਂਟਲੀ ਵਿਆਹ ਸੀਗਾ। ਥੈਂਕ ਯੂ ਅਮਿਤ ਭਾਅ ਜੀ, ਜਿਹਨਾਂ ਦਾ ਛੇਤੀ ਵਿਆਹ ਹੋ ਜਾਣਾ। ਇਹ ਹੈਗੇ ਨੇ ਕਪੂਰਥਲੇ ਤੋਂ, ਸਾਡਾ ਮਾਨਾ ਦਾ ਮਾਨ ਸ਼ਹਿਰੀਮਾਨ, ਹੌਲੀ ਬੋਲੋ ਸਾਲਿਆ, ਫਲਾਂਚ ਹੀ ਨਾ ਹੋ ਜਾਏ ਕਿਤੇ। ਸੋ ਹੁਣ ਆਪਾਂ ਚੱਲੇ ਵਾਪਸ, ਕਿਉਂਕਿ ਸ਼ਹਿਰੀ ਨੂੰ ਬੱਦਲ ਲੱਭ ਗਏ ਨੇ। ਸ਼ਹਿਰੀ ਸ਼ਹਿਰੀ ਸਾਡਾ ਹੈਗਾ ਆ ਵੈਦਰ ਸਾਰੇ ਐਕਸਪਰਟ ਆ। ਇਹ ਹੈਗੇ ਸਾਡੇ ਦੋ ਮੇਜਰ ਗਾਈਡ, ਠੀਕ ਆ। ਇਹ ਹੈਗਾ ਸਾਡਾ ਟਰੈਕਰ ਜਿਹੜਾ ਸਾਨੂੰ ਦੱਸਦਾ ਕਿਲੋਮੀਟਰਾਂ ਦਾ। ਇਹ ਹੈਗਾ ਸਾਡਾ ਵੈਦਰ ਫੋਰਕਾਸਟ ਵਾਲਾ, ਮੈਂ ਹੈਗਾ ਵਲੋਗਿੰਗ ਵਾਲਾ। ਗੱਲ ਸੁਣੀ ਕੀ ਕਹਿੰਦਾ ਉਹਨਾਂ ਨੂੰ ਸਨੋ ਬਾਈਕ ਵਾਲਿਆਂ ਨੂੰ, ਕਹਿੰਦਾ ਹਮ ਪਾਚ ਯੂਟਿਊਬਰ ਹੈ, ਹਮੇ ਇਕੱਠੇ ਲੈ ਕੇ ਜਾਓ। ਇਸ ਬੱਦਲ ਆ ਗਿਆ, ਬੱਦਲ ਇੱਥੇ ਧੁੱਪ ਸੀਗੀ ਪੂਰੀ, ਆਲਮੋਸਟ ਦੋ ਮਿੰਟ ਪਹਿਲਾਂ ਪੂਰਾ ਇਹਦੇ ਹਵਾ ਤੇਜ਼ ਹੋ ਗਈ ਬਰੋ, ਉਹ ਤੈਨੂੰ ਹਵਾ ਮਹਿਸੂਸ ਹੋ ਰਹੀ ਆ। ਸੋ ਇਹ ਹੈਗਾ ਜੀ ਸਾਡਾ ਰਿਟਰਨ ਵਿਊ, ਹੁਣ ਆਪਾਂ ਚੱਲਦੇ ਪਏ ਹਾਂ ਵਾਪਸੀ ਵੱਲ, ਠੀਕ ਹੈ ਜੀ। ਰਿਟਰਨ ਵਾਲੇ ਪਹਾੜ ਵੀ ਸੋਹਣੇ ਆ। ਇੱਧਰੋਂ ਆਪਾਂ ਵਾਪਸੀ ਪਾ ਲਈ ਆ ਸਿੰਧ ਨਦੀ ਦੇ, ਸਿੰਧ ਹੈਗੀ ਨਹੀਂ ਹੈਗੀ ਪਤਾ ਨਹੀਂ, ਉਹਦੇ ਨਾਲ ਨਾਲ ਜਾਣਾ ਥੋੜ੍ਹਾ ਸੌਖਾ ਲੱਗ ਰਿਹਾ ਹੱਡਣ ਨੂੰ ਬਾਏ, ਸ਼ਾਇਦ ਸਾਨੂੰ ਪਤਾ ਹੈ ਕਿ ਰਸਤਾ ਕਿੰਨਾ ਰਿਸਕੀ, ਪਹਿਲਾਂ ਪਤਾ ਹੀ ਨਹੀਂ ਸੀਗਾ। ਹੁਣ ਸਭ ਹੀ ਮੋਟੀਵੇਟ ਕਰਨ ਦਿਆਂ ਸਾਰਿਆਂ ਨੂੰ, ਕਿਉਂਕਿ ਤੇਜ਼ ਜਾ ਸਕਦੇ ਹੋ। ਬੂਟ ਖਿਸਕਦੇ ਹੀ ਜਾਂਦੇ ਪਏ, ਖਿਸਕਦੇ ਹੀ ਜਾਂਦੇ ਪਏ। ਓਏ ਮੇਰਾ ਟੀਚਰ ਬਦਲੋ, ਰਾਮ 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 ਰਾਮ। ਆਪਾਂ ਉੱਪਰ ਐਵੇਂ ਜਾ ਰਹੇ ਵਿੱਚ ਥੱਲੇ ਜਾ ਰਹੇ ਆ ਤੂੰ ਹੈ ਸਿੰਗਲ ਚੱਲ ਸਾਲਾ, ਪਾਈਪ ਤੋਂ ਤੋਂ ਆਈ ਪਾਈਪ ਤੋਂ ਇਹ ਕਿੱਥੇ ਆ ਰਿਹਾ ਥੱਲੋਂ ਸਾਲਿਆ, ਤਾਂ ਬਹੁਤ ਸੌਖਾ ਹੀ ਆ, ਇਹ ਤਾਂ ਮੈਨੂੰ ਸਮਝ ਲੱਗ ਗਈ। ਪੈਰ ਜਿੱਥੇ ਜਿੱਥੇ ਰੱਖੇ ਨਾ ਪੈਰ, ਉਹਦੇ ਸਾਈਡ ਤੇ ਬਰਫ਼ ਆਹ ਬਿੱਲੀ ਪੂਰੀ ਮਾਰਤੀ ਨੇ ਗਾਰੇ ਚ ਲਪੇਟ ਲਪੇਟ ਕੇ, ਬਿੱਲੀ ਓਏ ਇਹਨੇ ਬਿੱਲੀ ਮਾਰਤੀ। ਅੱਜ ਜਿੰਨੀਆਂ ਸਾਬੀ ਨੇ ਖੋਜਾਂ ਕੀਤੀਆਂ ਨਾ, ਮਤਲਬ ਕਿ ਸੋਨ ਮਾਰਗ ਵਾਲੇ ਵੀ ਪਤਾ ਹੋਣਾ ਕਿ ਇੱਥੇ ਆਪਾਂ ਮੈਗੀ ਦਿੰਦੇ ਹਾਂ, ਇੱਥੇ ਮੁੰਨੀ ਆਈ ਸੀਗੀ, ਸਾਬੀ ਇੰਨੀਆਂ ਖੋਜਾਂ ਕੱਢਣੀਆਂ, ਪਰ ਸੋਨ ਮਾਰਗ ਵਾਲੇ ਨੂੰ ਪਤਾ ਹੀ ਨਹੀਂ ਹੈਗਾ। ਵਾਹ ਆਹ ਦੇਖ ਵੇ ਮੰਦਾਗਣੀ ਹੱਟ ਲੱਗ ਗਈ ਮੈਨੂੰ ਸਾਨੂੰ ਲੈ ਕੇ ਆਉਂਦੇ ਆ। ਹਾਂ ਤੇ ਮੈਂ ਕਹਿ ਰਿਹਾ ਲੈ ਕੇ ਆ ਰਿਹਾ, ਖੁੱਬਦਾ ਉੱਥੇ ਤੁਹਾਨੂੰ ਦੱਸਦਾ ਤਾਂ ਖੁੱਬ ਜਾਣਾ। ਇਹ ਮੰਦਾਗਣੀ ਬਾਹਰ ਆਏ, ਸਾਬੀ ਕੋ ਆਪਕੋ ਮਿਲਣਾ ਹੈ। ਵਾਪਸੀ ਦੀ ਰਾਹ ਤੇ ਪਹੁੰਚ ਗਏ, ਰਾਮ ਰਾਮ ਵਾਲਾ ਟਰੈਕ ਕ੍ਰੋਸ ਕਰ ਲਿਆ। ਓਕੇ ਸ਼ੈਰੀ, ਰਾਮ ਰਾਮ ਨੀ ਕੀਤਾ ਹੁਣ, ਵਾਹਿਗੁਰੂ ਵਾਹਿਗੁਰੂ। ਸਾਡੇ ਠਾਕਰ ਸਾਹਿਬ ਠੀਕ ਆ, ਉਹ ਤੇਰੀ ਕੁੱਤਿਆ ਆਹ ਬਰਫ਼ ਮਰਨ ਦਿਆ ਪੁਰਾਣੇ ਦੋ ਵਾਰੀ ਬੂਟ ਪਾਏ ਆ ਇਹਨੇ, ਬਿੱਲੀ ਅੱਜ ਹੀ ਖੋਲੀ ਸੀਗੀ, ਬਿੱਲੀ ਪੈਕ ਹੋਈ ਨਹੀਂ ਆ ਅੱਜ, ਪਹਿਲੇ ਦਿਨ ਪਾਏ ਸੀ। ਹਾਂ ਪਹਿਲੇ ਦਿਨ ਡੱਬਾ ਹੀ ਅੱਜ ਖੋਲਿਆ। ਆਪਣੇ ਕਿਹੜਾ ਕਿਹੜਾ ਆ ਸ਼ੂਜ਼, ਕਿਹੜਾ ਆਰਟੀਕਲ ਆ? ਬਾਗੜ ਬਿੱਲਾ ਬਹੁਤ ਭੱਜਣ ਦਿਆ। ਬਜਰੰਗੀ ਬਾਈ ਜਾਂਦੀ ਸ਼ੂਟਿੰਗ, ਇਹਨੂੰ ਲੱਭਦੇ ਲੱਭਦੇ ਆਪਾਂ ਕਿੱਥੇ ਪਹੁੰਚ ਗਏ। ਚਲੋ ਵਧੀਆ ਆ, ਮੁੰਨੀ ਦੇ ਚੱਕਰਾਂ ਦੇ ਵਿੱਚ ਆਪਾਂ ਮੁੰਨਿਆਂ ਨੂੰ ਮਿਲ ਲਿਆ ਅੱਜ, ਸਭ ਵੱਡਾ ਵੱਡਾ ਬਾੜੇ ਲਾ ਕੇ ਵੱਡੇ ਕਰਤਾ ਬਚ ਗਿਆ।
ਸੋ ਇਹ ਅਵਲਾਂਚ ਆ ਕਿ ਝਰਨਾ ਇੱਥੋਂ ਨਿਕਲ ਕੇ ਜਾਂਦਾ ਆ ਨੋ ਆਈਡੀਆ ਬਟ ਜੋ ਵੀ ਆ ਗੰਦਾ ਬੜਾ ਆ ਸ਼ਹਿਰੀ ਆ ਰਿਹਾ ਗ੍ਰੇਟ ਬ੍ਰੋ ਐਂਡ ਆਹ ਬਰਫ਼ ਨਾ ਪੱਥਰ ਬਣ ਗਈ ਇਸ ਟਾਈਮ ਮੈਂ ਉਹਦੇ ਫੜ ਕੇ ਰੱਖੀ ਕਿ ਦੇਖੀ ਕਿੰਨੀ ਠੰਡੀ ਆ ਠੰਡੀ ਤਾਂ ਹੈਗੀ ਆ ਪੱਥਰ ਬਣ ਗਈ ਆ ਆ ਜਾ ਪਤੰਦਰਾ ਮੇਰੀ ਤਾਂ ਜਵਾਲ ਵੀ ਤਤਲਾ ਲੱਭੀ ਆ ਉਹ ਡਿੱਗ ਗਿਆ ਆ ਜਾ ਇੱਥੇ ਅਸਲ 'ਚ ਬਰਫ਼ ਬਹੁਤ ਜ਼ਿਆਦਾ ਨਾ ਪਿਘਲ ਚੁੱਕੀ ਆ ਸਖਤ ਹੋ ਚੁੱਕੀ ਆ ਰਾਮ 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 ਹੁਣ ਆ ਰਹੀ ਹੋ ਫਿਲੀ ਧਿਆਨਾ 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 ਥਿੰਕ ਦਿਸ ਇਜ਼ ਦਾ ਮੋਸਟ ਡੇਂਜਰਸ ਹੈ ਨਾ ਪਾਰਟ ਆਫ ਦਿਸ ਟਰੈਕਿੰਗ ਉਹਦਾ ਰੀਜ਼ਨ ਆ ਕਿ ਬਰਫ਼ ਜਿਹੜੀ ਬਹੁਤ ਜ਼ਿਆਦਾ ਦੁਨੀਆ ਦੇ ਵਿੱਚ ਪਹੁੰਚ ਗਏ ਆ ਹੁਣ ਤਰਨ ਗਿੱਲ ਦੀ ਡਾਇਟ ਫੋਲੋ ਕਰਦੇ ਪਏ ਆ ਇੱਧਰ ਬ੍ਰੈਡ ਆਮਲੇਟ ਚੱਲਦਾ ਪਿਆ ਇੱਧਰ ਸਭ ਕੁਝ ਚੱਲਦਾ ਪਿਆ ਇਸਕੇ 50 ਰੁਪਏ ਓਵਰ ਐਕਟਿੰਗ ਕੇ ਕਾਟ ਇਸਕੇ 50 ਰੁਪਏ ਕਾਟ ਓਵਰ ਐਕਟਿੰਗ ਕੇ ਅੱਧਾ ਯਾਰ ਕਾਵੇ ਦਾ ਇਸ਼ਕ ਇਹਦੇ ਨਾਲ ਆਹਾ ਹਾਂ ਸੋ ਹੁਣ ਹੋ ਗਈ ਜੀ ਸ਼ਾਮ ਕਿੰਨਾ ਲੱਗਿਆ ਨੂੰ ਇੱਥੇ ਟੋਟਲ ਕਿੰਨੇ ਘੰਟੇ ਲੱਗੇ 5 ਘੰਟੇ ਲੱਗ ਗਏ ਸਾਨੂੰ ਆਪਾਂ ਪਤਾ ਕਿੱਥੋਂ ਆਏ ਇੱਥੋਂ ਲੈ ਕੇ ਉਹ ਤਾਂ ਗਏ ਆਪਾਂ ਸਨੋ ਬਾਈਕ ਦੇ ਉੱਤੇ ਇੱਥੋਂ ਅੱਗੋਂ ਫਿਰ ਟਰੈਕ ਕਰਦੇ 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 ਉਸ ਪਹਾੜ ਦੇ ਵਿੱਚ ਗਏ ਹਾਂ ਇਸ ਪਹਾੜ ਤੋਂ ਵੀ ਇੱਥੇ ਜਾ ਕੇ ਇੱਥੇ ਗਏ ਆਪਾਂ ਇਹਦੇ ਉੱਤੇ ਬਸ ਟਰੈਕ ਕਰਕੇ ਅੱਤ ਐਕਸਪੀਰੀਅੰਸ ਸੀਗਾ ਸੋ ਬਾਏ ਬਾਏ ਟੂ ਸੋਨਮਾਰਗ ਹੁਣ ਆਪਾਂ ਉਹ ਪਹਾੜ ਨੂੰ ਕ੍ਰੋਸ ਕਰਕੇ ਆਏ ਹਾਂ ਅਤੇ ਬਹੁਤ ਹੀ ਘੈਂਟ ਸਾਨੂੰ ਪ੍ਰਾਈਜ਼ ਮਿਲਿਆ ਸਭ ਕੁਝ ਬੈਸਟ ਰਿਹਾ ਅਤੇ ਹੁਣ ਬੈਕ ਟੂ ਪਹਿਲਗਾਮ ਹੁਣ ਇੱਕ ਸਭ ਤੋਂ ਮੇਨ ਸਵਾਲ ਦੋ ਹੋਟਲ ਕਿਹੜੇ ਜਿਹੇ ਰੁਕਣਾ ਕੋਈ ਹੋਟਲ ਆਈਡੀਆ ਨਹੀਂ ਆ ਉਹਨੂੰ ਕਰਾ ਕੋਲ ਫਿਰ ਮੈਂ ਬੰਦੇ ਨੂੰ ਕਿ ਜਾ ਕੇ ਦੇਖੀਏ ਹਮ ਸੁਨਸਾਨ ਜਗ੍ਹਾ ਪਰ ਚਲੋ ਇੱਕ ਹੈਗੇ ਦੋਸਤ ਸਾਡੇ ਉਹਨੂੰ ਕਰ ਦੇਣਾ ਹੈ ਰਹਿਣੇ ਕਾ ਮਹੀਨਾ ਵੀ ਨਹੀਂ ਸੋ ਪਹਿਲਗਾਮ ਦੇ ਰਸਤੇ ਦੇ ਵਿੱਚ ਫਿਰ ਆਪਾਂ ਰੁਕ ਗਏ ਹੈਗੇ ਆ ਨੂਰ ਕੇਸਰ ਕਿਉਂਕਿ ਜਦੋਂ ਮੈਂ ਕੇਸਰ ਬਾਰੇ ਦੋ ਤਿੰਨ ਦੋਸਤਾਂ ਨੂੰ ਪੰਜਾਬ ਦੱਸਿਆ ਤੇ ਉਹਨਾਂ ਨੇ ਰਿਕੁਐਸਟ ਕੀਤੀ ਕਿ ਤੁਸੀਂ ਸਾਡੇ ਲਈ ਵੀ ਲੈ ਕੇ ਆਇਓ ਸੋ ਹੁਣ ਕੁਝ ਹੋਰ ਕੇਸਰ ਲੈਣ ਚੱਲੇ ਆ ਤੇ ਇਹਨਾਂ ਦਾ ਵੀ ਮੂਡ ਬਣ ਗਿਆ ਕੁਝ ਲੈਣ ਦਾ ਸੋ ਪਹਿਲਗਾਮ ਇੱਥੋਂ ਹੈਗਾ ਆਲਮੋਸਟ 1.5 ਕਿਲੋਮੀਟਰ 1.5 ਘੰਟੇ ਦੀ ਡਰਾਈਵ 'ਤੇ ਅਤੇ ਨਾਓ ਲੈਟਸ ਅਗੇਨ ਸ਼ੋਪ ਸਮ ਮੋਰ ਸੈਫਰੋਨ ਜੋ ਕਿ ਸਿਰਫ ਇੱਥੇ ਅਵੇਲੇਬਲ ਆ ਸਿਰਫ ਇੱਥੇ ਦ ਬੈਸਟ ਸੈਫਰੋਨ ਇਨ ਦਾ ਵਰਲਡ ਇਜ਼ ਫਰੋਮ ਕਸ਼ਮੀਰ